ਜਿਹੜੀ ਸਾਡੇ ਕਲਾਈਮੇਟ ਚੇਂਜ ਉਹ ਆ ਰਿਹਾ, ਹੁਣ ਵਰਲਡ ਓਵਰੀ ਆ ਰਿਹਾ, ਅਤੇ ਅਸੀਂ ਪੰਜਾਬ ਦੇ ਵਿੱਚ ਵੀ ਦੇਖਦੇ ਹਾਂ ਕਿ ਜਿਹੜਾ ਕਲਾਈਮੇਟ ਚੇਂਜ ਹੈ ਜੋ ਬਹੁਤ ਸਾਡੇ ਸਾਹਮਣੇ ਆ ਗਿਆ। ਜਿਹੜੀ ਇਸ ਸਾਲ ਸਾਡੀ ਸਰਦੀ ਸੀ ਉਹ ਪ੍ਰੋਲੋਂਗ ਹੋ ਗਈ ਸੀ, 2 ਮਹੀਨੇ ਧੁੱਪ ਨਹੀਂ ਨਿਕਲੀ, ਅਤੇ ਇਸ ਨਾਲ ਵੀ ਇੱਥੇ ਕੀ ਹੋਇਆ ਕਿ ਇਹਦੇ ਨਾਲ ਸਾਡੇ ਬਹੁਤ ਸਾਰੇ ਦਰੱਖਤ ਉਹ ਸੜ ਗਏ ਨੇ, ਸੁੱਕੀ ਗਏ ਨੇ ਪੰਜਾਬ ਦੇ ਵਿੱਚ। ਦੂਜਾ, ਬਹੁਤ ਸਾਰੇ ਪੰਛੀ ਜਿਹੜੇ ਨੇ ਮਰੇ ਨੇ, ਉਹਨਾਂ ਕੋਲ ਤਾਂ ਪ੍ਰੋਟੈਕਸ਼ਨ ਨਹੀਂ ਹੁੰਦੀ ਹੈਗੀ, ਅਤੇ ਉਹ ਮਰੇ ਨੇ। ਸਾਡੀ ਬੋਡੀ 'ਤੇ, ਆਪਣੇ ਹਿਊਮਨ ਬੀਂਗ 'ਤੇ ਬਹੁਤ ਇਫੈਕਟ ਆਇਆ, ਕਿਉਂਕਿ ਸਾਡਾ ਜੋ ਟੀਚਿੰਗ ਸਿਸਟਮ ਇੱਥੇ, ਸਾਡੇ ਕੋਲ BSc ਹੈ, MSc ਹੈ, PhD ਹੈ। BSc ਦੇ ਵਿੱਚ ਜਿੰਨੇ ਵੀ ਸਾਡੇ ਪ੍ਰੋਗਰਾਮ ਨੇ ਉਹਦੇ ਵਿੱਚ ਘੱਟੋ ਘੱਟ 4 ਸਾਲ ਦੇ ਪ੍ਰੋਗਰਾਮ ਨੇ। ਗ੍ਰੀਨਰੀ ਵਧਾਵਾਂਗੇ, ਉਹਦੇ ਸਾਡੇ ਕੋਲ ਬਹੁਤ ਸਾਰੇ ਟਰੀਜ਼ ਨੇ ਜਿਹਦੇ ਵਿੱਚ ਸਾਡੇ ਕੋਲ ਫੋਰੈਸਟੀ ਟਰੀਜ਼ ਨੇ, ਫਰੂਟ ਟਰੀਜ਼ ਨੇ, ਔਰਨਾਮੈਂਟਲ ਪਲਾਂਟਸ ਨੇ, ਔਰਨਾਮੈਂਟਲ ਸ਼ਰਬਸ ਨੇ, ਬਹੁਤ ਕੁਛ ਹੈ ਸਾਡੇ ਕੋਲ। ਸਾਡਾ ਇਹ ਐਡਵਾਂਟੇਜ ਹੈ ਇੰਡੀਆ ਦੇ ਵਿੱਚ, ਪੰਜਾਬ ਦਾ, ਸਾਡੇ ਕੋਲ 4 ਰੁੱਤਾਂ ਨੇ। ਮੈਂ ਬਹੁਤ ਤਰ੍ਹਾਂ ਦੇ ਦਰੱਖਤ ਲਾ ਰਹੇ ਸਾਰਾ ਕੁਛ, ਸੋ ਅਸੀਂ ਚਾਹੁੰਦੇ ਕਿ ਵੱਧ ਤੋਂ ਵੱਧ ਅਸੀਂ ਇਹ ਗ੍ਰੀਨਰੀ ਕਰੀਏ। ਹੁਣ ਇਹ ਹੈਗਾ ਕਿ ਹਰ ਸਾਲ ਅਸੀਂ ਜਦੋਂ ਵਣ ਮਹੋਤਸਵ ਆਉਂਦਾ ਹੈ ਅਤੇ ਉਦੋਂ ਅਸੀਂ ਬਹੁਤ ਸਾਰੀ ਪਲਾਂਟੇਸ਼ਨ ਕਰਦੇ ਹਾਂ, ਜਿਵੇਂ ਤੁਸੀਂ ਦੱਸਿਆ ਬਹੁਤ ਸਾਰੀਆਂ ਔਰਗਨਾਈਜੇਸ਼ਨਸ ਕਰ ਰਹੀਆਂ ਨੇ। ਤੋ ਲੁਧਿਆਣੇ ਸ਼ਹਿਰ ਦੀ ਅਗਰ ਇਨਵਾਇਰਮੈਂਟ ਨੂੰ ਦੇਖਦੇ ਹੋਏ ਔਰ ਮੌਸਮ ਨੂੰ ਦੇਖਦੇ ਹੋਏ, ਕਿੱਦਾਂ ਦੇ ਟਰੀਜ਼ ਜਿਹੜੇ ਨੇ ਲਗਾਉਣੇ ਚਾਹੀਦੇ, ਘਰ ਦੇ ਬਾਹਰ, ਔਫਿਸ ਦੇ ਬਾਹਰ, ਜਿੱਥੇ ਥਾਂ ਮਿਲੇ, ਉਹ ਕਿਸ ਪ੍ਰਕਾਰ ਦੇ ਟਰੀ ਉੱਥੇ ਲੱਗਣੇ ਚਾਹੀਦੇ? ਸੋ ਟਰੀ ਦਾ ਇਹ ਹੁੰਦਾ ਹੈਗਾ ਵੀ ਇੱਕ ਤਾਂ ਸਾਡੇ ਕੋਲ ਜਿਵੇਂ ਟਰੀਜ਼ ਹੁੰਦੇ ਨੇ ਜਿਹਨੂੰ ਅਸੀਂ ਕਹਿੰਦੇ ਹਾਂ ਡੈਸੀਡਿਊਸ ਟਰੀਜ਼ ਹੁੰਦੇ ਨੇ, ਉਹ ਜਦੋਂ ਪੱਤਝੜ ਆਉਂਦੀ ਹੈ ਅਤੇ ਉਹਨਾਂ ਦੇ ਪੱਤੇ ਝੜ ਜਾਂਦੇ ਨੇ। ਸੋ ਜੇ ਅਸੀਂ ਆਪਣੇ ਘਰ ਦੇ ਕੋਲ ਟਰੀ ਲਾਉਣਾ ਕੋਈ ਉਹੋ ਜਿਹਾ ਲਾਈਏ ਤਾਂ ਕਿ ਉਹ ਸਰਦੀਆਂ ਵਿੱਚ ਪੱਤੇ ਜਿਹਦੇ ਝੜਦੇ ਹੋਣ, ਤਾਂ ਕਿ ਉਦੋਂ ਆਪਾਂ ਨੂੰ ਧੁੱਪ ਦੀ ਲੋੜ ਹੁੰਦੀ ਹੈ। ਅਤੇ ਇੱਕ ਸਾਡੇ ਕੋਲ ਇਹ ਟਰੀ ਹੁੰਦੇ ਨੇ ਜਿਹੜੇ ਐਵਰਗ੍ਰੀਨ ਨੇ, ਜਾ ਰਹੇ ਹੈਗੇ, ਔਰ ਨਾਲ ਹੀ ਨਾਲ ਟੈਕਨੀਕਲੀ ਤੁਸੀਂ ਬੱਚਿਆਂ ਦੀ ਕਿਸ ਤਰ੍ਹਾਂ ਹੈਲਪ ਕਰੋਗੇ ਅਗਰ ਦਿਮਾਗ ਵਗੈਰਾ ਨਾਲ ਲੱਗਦੀ? ਹਾਂਜੀ, ਉਹਦੇ 'ਚ ਅਸੀਂ ਪਲੈਨ ਕਰ ਰਹੇ ਹਾਂ ਕਿ ਟੋਟਲ ਅਸੀਂ, ਕਿਉਂਕਿ ਸਾਡੀ PAU ਕੈਂਪਸ ਹੈਗਾ, ਨਾਲ ਸਾਡੇ 18 ਜਿਹੜੇ ਨੇ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੈਗੇ ਨੇ, ਇੱਦਾਂ ਹੀ ਸਾਡੇ ਸਬ ਸਟੇਸ਼ਨ ਨੇ 5 ਅਤੇ ਸੀਡ ਫਾਰਮ ਨੇ, ਅਸੀਂ ਸਾਰਿਆਂ 'ਤੇ ਪਲਾਂਟੇਸ਼ਨ ਕਰਾਉਣੀ ਹੈ। ਅਤੇ ਜੋ ਅਸੀਂ ਪਲੈਨ ਕੀਤਾ ਕਿ 15,000 ਜਿਹੜਾ ਹੈਗਾ ਰੁੱਖ ਅਸੀਂ ਲਗਾਵਾਂਗੇ, ਜਿਹਦੇ ਵਿੱਚ ਔਰਨਾਮੈਂਟਲ ਵੀ ਹੋਣਗੇ, ਔਰਨਾਮੈਂਟਲ ਟਰੀਜ਼, ਸ਼ਰਬਸ ਹੋਣਗੇ, ਉਹਦੇ 'ਚ ਫਰੂਟਸ ਹੋਣਗੇ, ਈਵਨ ਜਿਹੜੇ ਟ੍ਰੈਡੀਸ਼ਨਲ ਸਾਡੇ ਪਲਾਂਟਸ ਜਿਹੜੇ ਪੰਜਾਬ 'ਚੋਂ ਖਤਮ ਹੋ ਰਹੇ ਨੇ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆਰ, ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਸੋ ਦੋਸਤੋ, ਜਿਸ ਪ੍ਰਕਾਰ ਦੇ ਨਾਲ 1 ਜੁਲਾਈ ਤੋਂ ਮਾਨਸੂਨ ਜਿਹੜਾ ਦਸਤਕ ਦੇ ਚੁੱਕਾ, ਔਰ ਬਹੁਤ ਸਾਰੇ NGO ਔਰ ਸੰਸਥਾਵਾਂ ਵੱਲੋਂ ਜਿਹੜੇ ਪਲਾਂਟੇਸ਼ਨ ਕੀਤੇ ਜਾ ਰਹੇ ਨੇ, ਔਰ ਮੈਨੂੰ ਦੱਸ ਦੇਵਾਂ ਕਿ ਇਹਦੇ ਸਾਰਿਆਂ ਦੇ ਪਿੱਛੇ ਅਗਰ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ PAU ਦੀ, ਤਾਂ ਉਹ ਕਿਸ ਤਰ੍ਹਾਂ ਪਿੱਛੇ ਰਹਿ ਸਕਦਾ? PAU ਨੇ ਬਹੁਤ ਹੀ ਵਧੀਆ ਇੱਕ ਤਰੀਕਾ ਦਾ, ਨਿਵੇਕਲਾ ਤਰੀਕਾ ਦਾ ਇਸਤੇਮਾਲ, ਸ਼ਬਦ ਦਾ ਇਸਤੇਮਾਲ ਕਰਨਾ ਚਾਹਾਂਗਾ ਕਿ ਜਿਸ ਨਾਲ ਸਟੂਡੈਂਟ ਨੂੰ ਇੱਕ ਐਜ਼ ਏ ਸਟੂਡੈਂਟ ਹੀ ਉਹਨਾਂ ਨੂੰ ਇਹ ਚੀਜ਼ਾਂ ਦੀ ਜਿਹੜੀ ਆ ਆਦਤ ਜਿਹੜੀ ਹੈ ਯੂਨੀਵਰਸਿਟੀ ਵੱਲੋਂ ਵੀ ਪਾ ਦਿੱਤੀ ਜਾਵੇ। ਯਾਨੀ ਕਿ ਬਹੁਤ ਹੀ ਖੂਬਸੂਰਤ ਨਾਮ ਦਿੱਤਾ ਗਿਆ ਸੀ, 1 Student 1 Tree। ਅਤੇ ਇਹਦਾ ਮਤਲਬ ਹੈ ਜੀ, ਇੱਕ ਸਟੂਡੈਂਟ ਜਿਹੜਾ ਇੱਥੇ ਹੋਏਗਾ ਉਹ ਇੱਕ ਆਪਣਾ ਪੇੜ ਲਗਾਏਗਾ, ਉਹ ਉਸਦੇ ਨਾਮ ਦਾ ਹੀ ਹੋਏਗਾ, ਔਰ ਆਪਣੇ ਨਾਮ ਦਾ ਹੀ ਟ੍ਰੇਨ ਹੈ ਤਕਰੀਬਨ ਜਦ ਤੱਕ ਉਹ ਇੱਥੇ ਸਟੱਡੀ ਕਰ ਰਹੇ ਨੇ ਉਹਨਾਂ ਨੂੰ ਉਸ ਨੂੰ ਧਿਆਨ ਰੱਖਣਾ ਪਏਗਾ। ਉਹ ਤੁਹਾਨੂੰ ਦੱਸਦਾ ਕਿ ਜਦੋਂ ਆਪਣੀ ਸਟੱਡੀ ਕੰਪਲੀਟ ਕਰਕੇ ਕਿਸੇ ਦੂਜੇ ਰਾਜ ਜੋਬ ਕਰਨ ਵਾਸਤੇ ਜਾਣਗੇ ਜਾਂ ਜਿਹੜੇ ਇੱਥੇ ਵੀ ਰਹਿਣਗੇ ਉਹਨਾਂ ਨੂੰ ਯੂਨੀਵਰਸਿਟੀ ਵੱਲੋਂ ਜਿਹੜਾ ਵੈ ਓਨਰ ਵੀ ਕੀਤਾ ਜਾਵੇਗਾ ਅਤੇ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਅਤੇ ਸਾਡੇ ਨਾਲ ਪੂਰੀ ਗੱਲਬਾਤ ਕਰਨ ਲਈ ਮੌਜੂਦ ਹੈਗੇ ਨੇ ਇਸ ਟਾਈਮ VC ਸਰ, ਅਤੇ ਸਵਾਗਤ ਕਰਦੇ ਹਾਂ, ਜਾਣਦੇ ਹਾਂ ਕਿਸ ਪ੍ਰਕਾਰ ਦੇ ਨਾਲ ਆਈਡੀਆ ਕ੍ਰੀਏਟ ਹੋਇਆ ਔਰ ਕਿਸ ਪ੍ਰਕਾਰ ਦੇ ਨਾਲ ਕਿੰਨੇ ਰੁੱਖ ਜਿਹੜੇ ਨੇ ਇਸ ਵਾਰੀ ਯੂਨੀਵਰਸਿਟੀ ਵੱਲੋਂ ਲਗਾਏ ਜਾਣਗੇ। ਸਤਿ ਸ਼੍ਰੀ ਅਕਾਲ ਸਰ, ਵੈਲਕਮ। ਸਤਿ ਸ਼੍ਰੀ ਅਕਾਲ ਜੀ।
ਸੋ ਸਰ ਕਿਸ ਤਰ੍ਹਾਂ ਆਈਡੀਆ ਮਨ ਵਿੱਚ ਤੁਹਾਡੇ ਕ੍ਰੀਏਟ ਹੋਇਆ, ਸਟੂਡੈਂਟਸ ਨੂੰ ਕਿੱਦਾਂ ਇਸ ਵਾਰੀ ਤੁਸੀਂ ਨੇਚਰ ਦੇ ਨਾਲ ਸਪੈਸ਼ਲੀ ਰੁੱਖਾਂ ਨਾਲ ਜੋੜ ਰਹੇ ਹੋ? ਆਈਡੀਆ ਤਾਂ ਇਸ ਕਰਕੇ ਕ੍ਰੀਏਟ ਹੋਇਆ ਕਿ ਜਿਹੜੀ ਸਾਡੀ ਕਲਾਈਮੇਟ ਚੇਂਜ ਉਹ ਆ ਰਿਹਾ, ਹੁਣ ਵਰਲਡ ਓਵਰ ਹੀ ਆ ਰਿਹਾ, ਅਤੇ ਅਸੀਂ ਪੰਜਾਬ ਦੇ ਵਿੱਚ ਵੀ ਦੇਖਦੇ ਹਾਂ ਕਿ ਜਿਹੜਾ ਕਲਾਈਮੇਟ ਚੇਂਜ ਹੈ ਜੋ ਬਹੁਤ ਸਾਡੇ ਸਾਹਮਣੇ ਆ ਗਿਆ। ਜਿਹੜੀ ਇਸ ਸਾਲ ਸਾਡੀ ਸਰਦੀ ਸੀ ਉਹ ਪ੍ਰੋਲੋਂਗ ਹੋ ਗਈ ਸੀ, 2 ਮਹੀਨੇ ਧੁੱਪ ਨਹੀਂ ਨਿਕਲੀ, ਅਤੇ ਉਹਦਾ ਇਫੈਕਟ ਕੀ ਹੋਇਆ, ਜਿੰਨੀਆਂ ਪੰਜਾਬ ਦੇ ਵਿੱਚ ਨਿੰਮਾਂ ਦੇ ਦਰੱਖਤ ਸੀ ਉਹਨਾਂ ਦੇ ਪੱਤੇ ਸੁੱਕ ਗਏ ਸੀ, ਪਗੋਡਾ ਦੇ ਪੱਤੇ ਸੁੱਕ ਗਏ ਸੀ, ਇਹ ਵਿਜੀਬਲ ਇਫੈਕਟ ਆ ਗਿਆ ਕਲਾਈਮੇਟ ਚੇਂਜ ਦਾ। ਅਤੇ ਉੱਦਾਂ ਹੀ ਹੁਣ ਸਾਡੇ ਕੋਲ ਜਿਹੜੀ ਸਮਰ ਹੈ ਇਹ ਉਹ ਸੀ ਸਾਡਾ 50 ਸਾਲਾਂ ਦਾ ਰਿਕਾਰਡ ਟੁੱਟਿਆ ਵਿੰਟਰ ਦਾ, ਅਤੇ ਸਮਰ ਦੇ ਵੀ ਸਾਡੇ ਕੋਲ ਇੱਕ 60 ਸਾਲਾਂ ਦਾ ਰਿਕਾਰਡ ਟੁੱਟਿਆ ਕਿ ਜਿਹੜੀ ਸਮਰ ਹੈ ਸਾਡੀ ਉਹ ਪ੍ਰੋਲੋਂਗ ਹੋ ਗਈ ਹੈ, ਜਿਹਦੇ 'ਚ ਸਾਡੀ ਜਿੰਨਾ ਜੂਨ 'ਚ ਗਰਮੀ ਹੁੰਦੀ ਸੀ ਉਹ ਸਾਡੇ ਮਈ 'ਚ ਵੀ ਹੋ ਗਈ ਹੈ। ਸੋ ਮਈ ਅਤੇ ਜੂਨ ਦੋਨੇ ਹੀ ਮਹੀਨੇ ਬੜੀ ਜ਼ਿਆਦਾ ਗਰਮੀ ਪਈ ਹੈ, ਗਰਮੀ ਜਿਹੜੀ ਹੈ ਤਕਰੀਬਨ ਸਾਡੇ ਪੰਜਾਬ ਦੇ ਵਿੱਚ ਜਿਹੜਾ ਹਾਈਐਸਟ ਅਸੀਂ ਰਿਕਾਰਡ ਕੀਤਾ ਹੈ ਉਹ 47.4 ਡਿਗਰੀ ਸੈਂਟੀਗ੍ਰੇਡ ਬਠਿੰਡੇ 'ਚ ਰਿਕਾਰਡ ਕੀਤਾ। 47.4 ਹੈ, ਬਹੁਤ ਹਾਈ ਟੈਂਪਰੇਚਰ ਹੈਗਾ, ਅਤੇ ਸਾਨੂੰ ਇਹ ਖਦਸ਼ਾ ਹੈਗਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਹੋਰ ਉੱਤੇ ਜਾਊਗਾ ਪਾਰਾ ਸਾਡਾ। ਅਤੇ ਇਸ ਨਾਲ ਵੀ ਇਤਕੀ ਕੀ ਹੋਇਆ ਕਿ ਇਹਦੇ ਨਾਲ ਸਾਡੇ ਬਹੁਤ ਸਾਰੇ ਦਰੱਖਤ ਉਹ ਸੜ ਗਏ ਨੇ, ਸੁੱਕ ਹੀ ਗਏ ਨੇ ਪੰਜਾਬ ਦੇ ਵਿੱਚ। ਦੂਜਾ, ਬਹੁਤ ਸਾਰੇ ਪੰਛੀ ਜਿਹੜੇ ਨੇ ਮਰੇ ਨੇ, ਉਹਨਾਂ ਕੋਲ ਤਾਂ ਪ੍ਰੋਟੈਕਸ਼ਨ ਨਹੀਂ ਹੁੰਦੀ ਹੈਗੀ, ਅਤੇ ਉਹ ਮਰੇ ਨੇ, ਸਾਡੀ ਬੋਡੀ 'ਤੇ ਆਪਣੇ ਹਿਊਮਨ ਬੀਂਗ 'ਤੇ ਬਹੁਤ ਇਫੈਕਟ ਆਇਆ। ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ਸ਼ੁੱਡ ਬੀ ਪ੍ਰਪੇਅਰਡ ਇਨ ਫਾਰ ਦੀ ਜਿਹੜੇ ਕਮਿੰਗ ਕਲਾਈਮੇਟ ਚੇਂਜ ਆ ਰਹੀ ਹੈ, ਉਹਨੂੰ ਅਸੀਂ ਆਪਣੇ ਆਪ ਨੂੰ ਰਿਜੀਲੀਅੰਸ ਕਿਵੇਂ ਡਿਵੈਲਪ ਕਰਨੀ ਹੈ। ਸੋ ਉਹਦੇ 'ਚ ਇੱਕ ਇਹ ਸਭ ਤੋਂ ਵਧੀਆ ਸੌਖਾ ਤਰੀਕਾ ਕਿ ਅਸੀਂ ਆਪਣੀ ਗ੍ਰੀਨਰੀ ਵਧਾਈਏ, ਗ੍ਰੀਨਰੀ ਵਧਾਵਾਂਗੇ, ਉਹਦੇ ਸਾਡੇ ਕੋਲ ਬਹੁਤ ਸਾਰੇ ਟਰੀਜ਼ ਨੇ ਜਿਹਦੇ ਵਿੱਚ ਸਾਡੇ ਕੋਲ ਫੋਰੈਸਟੀ ਟਰੀਜ਼ ਨੇ, ਫਰੂਟ ਟਰੀਜ਼ ਨੇ, ਔਰਨਾਮੈਂਟਲ ਪਲਾਂਟਸ ਨੇ, ਔਰਨਾਮੈਂਟਲ ਸ਼ਰਬਸ ਨੇ, ਬਹੁਤ ਕੁਛ ਹੈ ਸਾਡੇ ਕੋਲ। ਸਾਡਾ ਇਹ ਐਡਵਾਂਟੇਜ ਹੈ ਇੰਡੀਆ ਦੇ ਵਿੱਚ, ਪੰਜਾਬ ਦਾ, ਸਾਡੇ ਕੋਲ 4 ਰੁੱਤਾਂ ਨੇ, ਸਾਡੇ ਕੋਲ ਗਰਮੀ ਹੈ, ਸਾਡੇ ਕੋਲ ਸਰਦੀ ਹੈ, ਸਾਡੇ ਕੋਲ ਪਤਝੜ ਹੈ, ਅਤੇ ਸਾਡੇ ਕੋਲ ਜਿਹੜੀ ਹੈਗੀ ਪਤਝੜ ਤੋਂ ਬਾਅਦ ਜਿਵੇਂ ਸਪਰਿੰਗ ਆਉਂਦੀ ਹੈ ਅਤੇ ਉਹ ਵੀ ਹੈਗੀ ਹੈ। ਚਾਰੇ ਇਹ ਜਦੋਂ ਇੰਨੇ ਜਿੰਨੇ ਸਾਡੇ ਕੋਲ 4 ਰੁੱਤਾਂ ਨੇ ਉੰਨੀ ਉਹ ਡਾਇਵਰਸਿਟੀ ਹੈ, ਹਰ ਇੱਕ ਮੌਸਮ ਦੇ ਵਿੱਚ ਹਰ ਤਰ੍ਹਾਂ ਦਾ ਟ੍ਰੀ ਗਰੋ ਕਰ ਰਿਹਾ, ਹਰ ਤਰ੍ਹਾਂ ਦੇ ਫੁੱਲ ਆ ਰਹੇ ਨੇ ਵੱਖੋ ਵੱਖ ਤਰ੍ਹਾਂ ਦੇ। ਇਹ ਸਾਡੇ ਪੰਜਾਬ ਦੀ ਬਿਊਟੀ ਹੈ ਕਿ ਸਾਨੂੰ ਕੁਦਰਤ ਨੇ ਇੰਨਾ ਵਧੀਆ ਜਿਹੜਾ ਇਹ 4 ਰੁੱਤਾਂ ਦਿੱਤੀਆਂ ਹੋਈਆਂ ਨੇ, ਅਤੇ ਉਹ ਰੁੱਤਾਂ ਦੇ ਵਿੱਚ ਇੰਨੀ ਅਸੀਂ ਡਾਇਵਰਸਿਟੀ ਸਾਡੇ ਕੋਲ, ਅਸੀਂ PU ਦੇ ਵਿੱਚ ਜਿਵੇਂ ਬਹੁਤ ਤਰ੍ਹਾਂ ਦੇ ਦਰੱਖਤ ਲਾ ਰਹੇ ਹਾਂ ਸਾਰਾ ਕੁਛ। ਸੋ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਅਸੀਂ ਇਹ ਗ੍ਰੀਨਰੀ ਕਰੀਏ। ਹੁਣ ਇਹ ਹੈਗਾ ਕਿ ਹਰ ਸਾਲ ਅਸੀਂ ਜਦੋਂ ਵਣ ਮਹੋਤਸਵ ਆਉਂਦਾ ਹੈ ਅਤੇ ਉਦੋਂ ਅਸੀਂ ਬਹੁਤ ਸਾਰੀ ਪਲਾਂਟੇਸ਼ਨ ਕਰਦੇ ਹਾਂ, ਜਿਵੇਂ ਤੁਸੀਂ ਵੀ ਦੱਸਿਆ ਬਹੁਤ ਸਾਰੀਆਂ ਔਰਗਨਾਈਜੇਸ਼ਨਸ ਕਰ ਰਹੀਆਂ ਨੇ। ਪਲਾਂਟ ਲਾਉਣੇ ਤਾਂ ਬਹੁਤ ਸੌਖੇ ਨੇ, ਪਰ ਇਹਨਾਂ ਨੂੰ ਬਚਾਉਣਾ ਅਤੇ ਅਖੀਰ ਤੱਕ ਲੈ ਕੇ ਜਾਣਾ ਉਹ ਬਹੁਤ ਔਖਾ ਹੈ। ਸੋ ਉਹ ਸੋਚ ਕੇ ਅਸੀਂ ਇਹ ਸੋਚਿਆ ਕਿ ਜਿੰਨੇ ਵੀ ਟ੍ਰੀ ਲਾਉਂਦੇ ਹਾਂ ਅਸੀਂ ਉਹਨਾਂ ਦਾ ਕੁਛ ਇਸ ਤਰ੍ਹਾਂ ਦਾ ਕਰੀਏ ਕਿ ਉਹ ਬੂਟੇ, ਇੱਕ ਇੱਕ ਬੂਟਾ ਜਿਹੜਾ ਅਸੀਂ ਲਾਉਂਦੇ ਹਾਂ ਨਾ ਉਹ ਬਚ ਜਾਵੇ ਅਤੇ ਉਹ ਵੱਡਾ ਹੋਵੇ। ਸੋ ਅਸੀਂ ਸੋਚਿਆ ਕਿ ਉਹਦੇ ਵਾਸਤੇ ਅਸੀਂ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਇਨਵੋਲਵ ਕਰੀਏ, ਕਿਉਂਕਿ ਸਾਡਾ ਜੋ ਟੀਚਿੰਗ ਸਿਸਟਮ ਇੱਥੇ, ਸਾਡੇ ਕੋਲ BSc ਹੈ, MSc ਹੈ, PhD ਹੈ। BSc ਦੇ ਵਿੱਚ ਜਿੰਨੇ ਵੀ ਸਾਡੇ ਪ੍ਰੋਗਰਾਮ ਨੇ ਉਹਦੇ ਵਿੱਚ ਘੱਟੋ ਘੱਟ 4 ਸਾਲ ਦੇ ਪ੍ਰੋਗਰਾਮ ਨੇ। ਸੋ BSc ਵਾਲੇ ਸਟੂਡੈਂਟਸ ਜਿਹੜੇ ਫਸਟ ਈਅਰ 'ਚ ਆਉਣਗੇ, ਜਦੋਂ ਇਨਵੋਲਵ ਕਰਾਂਗੇ ਘੱਟੋ ਘੱਟ ਉਸ ਬੱਚੇ ਨੇ 4 ਸਾਲ ਆਉਣਾ। ਤਾਂ ਅਸੀਂ ਇਹ ਕਰਾਂਗੇ ਕਿ ਜਿਹੜੀ ਬੇਸਿਕ ਉਹਦੀ ਪਲੈਨਿੰਗ ਹੈ, ਕਿਹੜਾ ਟ੍ਰੀ ਕਿੱਥੇ ਲਾਉਣਾ, ਕਿਵੇਂ ਲਾਉਣਾ, ਸੋਇਲ ਜੋ ਵੀ ਹੈਗਾ ਉਹ ਅਸੀਂ ਪ੍ਰਪੇਅਰ ਕਰਕੇ ਦੇਵਾਂਗੇ। ਬੱਚੇ ਨੂੰ ਕਹਿਣਾ ਕਿ ਆਹ ਟ੍ਰੀ ਜਿਹੜਾ ਹੈਗਾ ਤੂੰ ਆਪਣੇ ਹੱਥ ਨਾਲ ਇੱਥੇ ਖੱਡੇ 'ਚ ਲਾ ਦੇ। ਸੋ ਉਹਨੂੰ ਜਦੋਂ ਲਗਾਏਗਾ ਤਾਂ ਫਿਰ ਉਹਨੂੰ ਸਵਾਲ ਦੇਣਾ ਅਸੀਂ ਵੀ ਇਹ ਤੇਰੀ ਜ਼ਿੰਮੇਵਾਰੀ ਹੈ ਅਤੇ ਜਿੰਨੀ ਦੇਰ ਤੂੰ 4 ਸਾਲ ਰਹਿਣਾ ਅਤੇ ਇਹਨੂੰ ਪਾਲਣਾ ਤੂੰ,
ਅਤੇ ਉਸ ਤੋਂ ਬਾਅਦ ਅਸੀਂ ਉਹਦੀ 4 ਸਾਲਾਂ ਬਾਅਦ ਜਾਂ ਉਹਦੇ ਬੱਚੇ ਜਾਣ ਤੋਂ ਪਹਿਲਾਂ ਅਵੇਲੀਊਟ ਕਰਾਂਗੇ ਕਿ ਕਿੰਨੇ ਕੁ ਟ੍ਰੀ ਜਿਹੜੇ ਨੇ ਕਿਹੜੇ ਬੱਚਿਆਂ ਦੇ ਟ੍ਰੀ ਉਹ ਕਾਮਯਾਬ ਹੋ ਗਏ ਨੇ, ਕਿਹੜਿਆਂ ਦੇ ਨਹੀਂ ਕਾਮ ਹੋਏ, ਅਤੇ ਉਹ ਫਿਰ ਅਸੀਂ ਉਹਨੂੰ ਕ੍ਰੈਡਿਟ ਵੀ ਦੇਵਾਂਗੇ, ਜਿਹਦੇ ਕਾਮਯਾਬ ਹੋ ਰਹੇ ਨੇ ਉਹਨੂੰ ਅਸੀਂ ਸਰਟੀਫਿਕੇਟ ਦੇਵਾਂਗੇ, ਉਹਨੂੰ ਓਨਰ ਕਰਾਂਗੇ, ਅਤੇ ਉਹ ਹੋ ਸਕਦਾ ਹੈ ਅਸੀਂ ਕੁਛ ਮਾਰਕਸ ਵੀ ਰੱਖ ਲਈ ਜਿਵੇਂ ਪ੍ਰੈਕਟੀਕਲ ਦੇ ਮਾਰਕਸ ਹੋਣੇ, ਕਿਉਂਕਿ ਪ੍ਰੈਕਟੀਕਲ ਦੇ ਵਿੱਚ, ਤਾਂ ਕਿ ਸਾਡੀ ਕੋਸ਼ਿਸ਼ ਹੋਏਗੀ ਕਿ ਉਹ ਬੱਚਾ ਉਹਦੇ ਵਿੱਚ ਉਹਨੂੰ ਸੰਭਾਲੇ, ਉਹਨੂੰ ਉਹ ਓਨ ਕਰੇ ਕਿ ਇਹ ਮੇਰਾ ਟ੍ਰੀ ਹੈਗਾ, ਅਤੇ ਵੱਧ ਤੋਂ ਵੱਧ ਜਿਹੜੇ ਪਲਾਂਟ ਅਸੀਂ ਲਾਵਾਂਗੇ ਉਹ ਸਕਸੈਸਫੁਲੀ ਗਰੋ ਕਰ ਜਾਣ। ਤੋ ਪਲਾਂਟਸ ਤੁਸੀਂ ਲਗਾਉਣ ਜਾ ਰਹੇ ਹੈਗੇ, ਔਰ ਨਾਲ ਹੀ ਨਾਲ ਟੈਕਨੀਕਲੀ ਤੁਸੀਂ ਬੱਚਿਆਂ ਦੀ ਕਿਸ ਤਰ੍ਹਾਂ ਹੈਲਪ ਕਰੋਗੇ, ਅਗਰ ਦੀਮਕ ਵਗੈਰਾ ਨਾਲ ਲੱਗਦੀ? ਹਾਂਜੀ, ਉਹਦੇ 'ਚ ਅਸੀਂ ਪਲੈਨ ਕਰ ਰਹੇ ਹਾਂ ਕਿ ਟੋਟਲ ਅਸੀਂ, ਕਿਉਂਕਿ ਸਾਡੀ PAU ਕੈਂਪਸ ਹੈਗਾ, ਨਾਲ ਸਾਡੇ 8-18 ਜਿਹੜੇ ਨੇ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੈਗੇ ਨੇ, ਇੱਦਾਂ ਹੀ ਸਾਡੇ ਰਿਸਰਚ ਸਟੇਸ਼ਨ ਨੇ 5, ਅਤੇ ਸੀਡ ਫਾਰਮ ਨੇ, ਅਸੀਂ ਸਾਰਿਆਂ 'ਤੇ ਪਲਾਂਟੇਸ਼ਨ ਕਰਾਉਣੀ ਹੈ। ਅਤੇ ਜੋ ਅਸੀਂ ਪਲੈਨ ਕੀਤਾ ਕਿ 15,000 ਜਿਹੜਾ ਹੈਗਾ ਰੁੱਖ ਅਸੀਂ ਲਗਾਵਾਂਗੇ, ਜਿਹਦੇ ਵਿੱਚ ਔਰਨਾਮੈਂਟਲ ਵੀ ਹੋਣਗੇ, ਔਰਨਾਮੈਂਟਲ ਟ੍ਰੀਸ ਸ਼ਰਬਸ ਹੋਣਗੇ, ਉਹਦੇ 'ਚ ਫਰੂਟਸ ਹੋਣਗੇ, ਈਵਨ ਜਿਹੜੇ ਟ੍ਰੈਡੀਸ਼ਨਲ ਸਾਡੇ ਪਲਾਂਟ ਸੀ ਜਿਹੜੇ ਪੰਜਾਬ 'ਚੋਂ ਖਤਮ ਹੋ ਰਹੇ ਨੇ ਉਹ ਵੀ ਅਸੀਂ ਲਾਉਣ। ਇੱਕ ਅਸੀਂ ਹੋਰ ਚੀਜ਼ ਇਹਦੇ 'ਚ ਬਾਰੇ ਸੋਚਿਆ ਕਿ PAU ਦੇ ਕੋਲ ਅਸੀਂ, ਸਾਡੀ ਇੱਕ ਜ਼ਿੰਮੇਵਾਰੀ ਹੈਗਾ, ਅਸੀਂ ਹਰ ਇੱਕ ਫਸਲ ਦੀ ਜਰਮ ਪਲਾਜਮ ਕਲੈਕਟ ਕਰਦੇ ਹਾਂ, ਬਾਇਓਡਵਰਸਿਟੀ ਜਿਹੜੀ ਹੁੰਦੀ ਹੈ ਵੀਟ ਦਾ, ਰਾਈਸ ਦਾ, ਸਾਡੇ ਕੋਲ 20,000 ਉਹਦੀਆਂ ਕਿਸਮਾਂ ਰੱਖੀਆਂ ਹੋਈਆਂ ਨੇ। ਇਸੇ ਤਰ੍ਹਾਂ ਅਸੀਂ ਇਹ ਚਾਹੁੰਦੇ ਹਾਂ ਕਿ PAU ਇੱਕ ਇਹੋ ਜਿਹਾ ਅਦਾਰਾ ਹੈਗਾ ਜਿਹੜਾ ਟੈਕਨੀਕਲ ਹੈਗਾ, ਕਿ ਪੰਜਾਬ ਦੇ ਜਿਹੜੇ ਸਾਡੇ ਪਹਿਲਾਂ ਕਹਿ ਲਓ ਕਿ ਟ੍ਰੈਡੀਸ਼ਨਲ ਪਲਾਂਟ ਹੁੰਦੇ ਸੀ ਉਹ ਵੀ ਸਾਰੇ ਲਗਾਈਏ ਇੱਥੇ, ਜਿਹੜੇ ਉਸ ਤੋਂ ਬਾਅਦ ਇੰਟਰੋਡਿਊਸ ਕੀਤੇ ਹੋਰ ਆਪਾਂ ਬਾਹਰੋਂ ਉਹ ਵੀ ਲਗਾਈਏ। ਇੱਕ ਅਸੀਂ ਇਹ ਟ੍ਰੀ ਦਾ ਵੀ ਜਰਮ ਪਲਾਜਮ ਬੈਂਕ ਜਿਹੜਾ ਹੈਗਾ ਉਹ ਬਣਾ ਲਈਏ ਇੱਥੇ, ਅਤੇ ਆਉਣ ਵਾਲੀਆਂ ਜਨਰੇਸ਼ਨ ਵਾਸਤੇ ਉਹ ਬਹੁਤ ਵੱਡਾ ਇੱਕ ਸੋਰਸ ਹੈਗਾ। ਜਿਵੇਂ ਹੁਣ ਸਾਡੇ ਕੋਲ ਬਹੁਤ ਸਾਰੇ ਪਲਾਂਟ ਨੇ, ਜਦੋਂ ਉਹ ਬੈਂਕ ਹੁੰਦਾ ਸਾਡੇ ਕੋਲ, ਅਤੇ ਕਿਸੇ ਵੀ ਪੌਦੇ ਨੂੰ ਅਸੀਂ ਫਿਰ ਮਲਟੀਪਲਾਈ ਕਰ ਸਕਦੇ ਹਾਂ, ਕੋਈ ਔਰਨਾਮੈਂਟਲ ਹੈ, ਕੋਈ ਸੀਡ ਨਾਲ ਹੋ ਰਿਹਾ, ਕੋਈ ਕਟਿੰਗ ਨਾਲ ਹੋ ਰਿਹਾ, ਕੋਈ ਗ੍ਰਾਫਟਿੰਗ ਨਾਲ ਹੋ ਰਿਹਾ, ਉਹ ਸਾਡੇ ਕੋਲ ਟੈਕਨੋਲੋਜੀ ਹੈਗੀ। ਪਰ ਜੇ ਸਾਡੇ ਕੋਲ ਉਹ ਪੌਦਾ ਅਵੇਲੇਬਲ ਹੋ ਗਿਆ ਸਾਡੇ ਬੈਂਕ ਦੇ ਵਿੱਚ, ਫਿਰ ਤੁਹਾਨੂੰ ਮਲਟੀਪਲਾਈ ਕਰ ਲਾਂਗੇ। ਜੇ ਅਸੀਂ ਬੈਂਕ ਦੇ ਵਿੱਚ ਉਹ ਪੌਦਾ ਹੀ ਖਤਮ ਹੋ ਗਿਆ, ਉਹ ਇੱਕ ਅਸੀਂ ਸਮਝਾਂਗੇ PAU ਦੀ ਬਹੁਤ ਵੱਡੀ ਦੇਣ ਹੋਊਗੀ, ਕਿ ਅਸੀਂ ਟ੍ਰੀਜ਼ ਦਾ ਵੀ, ਫਰੂਟਸ ਜਿਹਦੇ ਟ੍ਰੀਜ਼ ਆਉਣਗੇ ਸਾਰੇ, ਇੱਕ ਅਸੀਂ ਜਰਮ ਪਲਾਜਮ ਬੈਂਕ ਵੀ ਇੱਥੇ, ਨਾਲੇ ਤਾਂ ਦੇਖੋ ਸਜਾਵਟ ਦੇਗਾ, ਹੋਲ ਇੰਡਸਟਰੀ ਵਿਲ ਬਿਕਮ ਏ ਜਰਮ ਪਲਾਜਮ ਬੈਂਕ ਫਾਰ ਦੀ ਟ੍ਰੀਜ਼, ਉਹ ਅਸੀਂ ਕਰਨਾ ਚਾਹੁੰਦੇ ਹਾਂ। ਸੋ ਸਰ, ਹੁਣ ਅਗਰ ਗੱਲ ਕਰੀਏ ਹੁਣ ਸ਼ਹਿਰ ਵਾਸੀਆਂ ਦੀ, ਤਾਂ ਬਹੁਤ ਸਾਰੇ ਜਿਵੇਂ ਤਾਂ ਮੈਂ ਸ਼ੁਰੂਆਤ ਕੀਤੀ ਹੈ NGOs ਵੱਲੋਂ ਜਾਂ ਸੰਸਥਾਵਾਂ ਵੱਲੋਂ ਟ੍ਰੀਜ਼ ਲਗਾਏ ਜਾਣੇ ਆ, ਸੋ ਲੁਧਿਆਣੇ ਸ਼ਹਿਰ ਦੀ ਅਗਰ ਅਗਰ ਇਨਵਾਇਰਮੈਂਟ ਨੂੰ ਦੇਖਦੇ ਹੋਏ ਔਰ ਮੌਸਮ ਨੂੰ ਦੇਖਦੇ ਹੋਏ, ਕਿੱਦਾਂ ਦੇ ਟ੍ਰੀਜ਼ ਜਿਹੜੇ ਨੇ ਲਗਾਉਣੇ ਚਾਹੀਦੇ, ਘਰ ਦੇ ਬਾਹਰ, ਆਫਿਸ ਦੇ ਬਾਹਰ, ਜਿੱਥੇ ਥਾਂ ਮਿਲੇ ਉਹ ਕਿਸ ਪ੍ਰਕਾਰ ਦੇ ਟ੍ਰੀ ਉੱਥੇ ਲੱਗਣੇ ਚਾਹੀਦੇ? ਸੋ ਟ੍ਰੀ ਦਾ ਇਹ ਹੁੰਦਾ ਹੈਗਾ ਵੀ ਇੱਕ ਤਾਂ ਸਾਡੇ ਕੋਲ ਜਿਵੇਂ ਟ੍ਰੀਜ਼ ਹੁੰਦੇ ਨੇ ਜਿਹਨੂੰ ਅਸੀਂ ਕਹਿੰਦੇ ਡੈਸੀਡਿਊਸ ਟ੍ਰੀਜ਼ ਹੁੰਦੇ ਨੇ, ਉਹ ਜਦੋਂ ਪਤਝੜ ਆਉਂਦੀ ਹੈ ਤਾਂ ਉਹਨਾਂ ਦੇ ਪੱਤੇ ਝੜ ਜਾਂਦੇ ਨੇ। ਸੋ ਜੇ ਅਸੀਂ ਆਪਣੇ ਘਰ ਦੇ ਕੋਲ ਟ੍ਰੀ ਲਾਉਣਾ ਕੋਈ ਉਹੋ ਜਿਹਾ ਲਾਈਏ ਤਾਂ ਕਿ ਉਹ ਸਰਦੀਆਂ ਵਿੱਚ ਪੱਤੇ ਜਿਹਦੇ ਝੜਦੇ ਹੋਣ, ਤਾਂ ਕਿ ਉਦੋਂ ਆਪਾਂ ਨੂੰ ਧੁੱਪ ਦੀ ਲੋੜ ਹੁੰਦੀ ਹੈ। ਅਤੇ ਇੱਕ ਸਾਡੇ ਕੋਲ ਇਹੋ ਜਿਹੇ ਟ੍ਰੀ ਹੁੰਦੇ ਨੇ ਜਿਹੜੇ ਐਵਰਗ੍ਰੀਨ ਨੇ, ਉਹਨਾਂ ਦੇ ਕਿਸੇ ਵੀ ਮੌਸਮ ਦੇ ਵਿੱਚ ਪੱਤੇ ਨਹੀਂ ਝੜਦੇ, ਅਤੇ ਉਹ ਆਪਾਂ ਉੱਥੇ ਲਗਾਈਏ ਜਿੱਥੇ ਸਾਨੂੰ ਹਮੇਸ਼ਾ ਹੀ ਸ਼ੇਡ ਦੀ ਲੋੜ ਹੈ ਜ਼ਿਆਦਾਤਰ। ਸੋ ਇੱਦਾਂ ਦੇ ਬਹੁਤ ਨੇ। ਫਿਰ ਕੁਛ ਹੈਗੇ ਨੇ ਜਿਹੜੇ ਕਿ ਫੋਲੀਏਜ ਔਰਨਾਮੈਂਟਲ ਨੇ, ਕੁਛ ਜਿਹਨਾਂ 'ਚ ਫਲਾਵਰਸ ਨੇ, ਇਹ ਸਾਰੀ ਫਿਰ ਦੂਜੀ ਡਾਇਰੈਕਸ਼ਨ ਦੀ ਬੜੀ ਫਰਕ ਪੈਂਦਾ, ਸਾਡਾ ਘਰ ਹੈ ਜਾਂ ਸਾਡੀ ਬਿਲਡਿੰਗ ਹੈ ਉਹਦੀ ਕਿਸ ਡਾਇਰੈਕਸ਼ਨ ਦੇ ਵਿੱਚ ਲਾਉਣਾ, ਕਿਉਂਕਿ ਸਾਡੇ ਕੋਲ ਇੱਥੇ ਡਿਪਾਰਟਮੈਂਟ ਲੈਂਡਸਕੇਪਿੰਗ ਦਾ ਡਿਪਾਰਟਮੈਂਟ ਹੈਗਾ, ਫਲੋਰੀਕਲਚਰ ਐਂਡ ਲੈਂਡਸਕੇਪਿੰਗ, ਉੱਥੇ ਸਾਰੀਆਂ ਚੀਜ਼ਾਂ ਇਹ ਅਸੀਂ ਪੜ੍ਹਾਉਂਦੇ ਹਾਂ ਬੱਚਿਆਂ ਨੂੰ ਕਿ ਲੈਂਡਸਕੇਪਿੰਗ ਜਦੋਂ ਕਰਨੀ ਹੈ ਕਿਹੜਾ ਟ੍ਰੀ ਕਿੱਥੇ ਲਾਉਣਾ, ਕਿਹੜਾ ਟ੍ਰੀ ਲਾਉਣਾ, ਉਹ ਸਾਰਾ ਪਲੈਨ ਆਊਟ ਕਰਦੇ ਨੇ। ਸੋ ਅਸੀਂ ਵੀ, ਸਾਡੀ ਜਿਹੜੀ ਆਹ ਲੈਂਡਸਕੇਪਿੰਗ ਡਿਪਾਰਟਮੈਂਟ ਹੈ ਉਹ ਪਲੈਨ ਕੀਤੀ ਉਹਨਾਂ ਨੇ ਵੀ ਕਿੱਥੇ ਕਿਹੜਾ ਟ੍ਰੀ ਲਾਉਣਾ, ਕਿਹੜਾ ਫਲਾਵਰਿੰਗ ਟ੍ਰੀ ਲਾਉਣਾ, ਕਿਸ ਬਿਲਡਿੰਗ ਦੇ ਲਾਗੇ ਕਿਸ ਪਾਸੇ ਲਾਉਣਾ, ਉਹਦੀ ਡਾਇਰੈਕਸ਼ਨ ਕੀ ਹੈ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੇ ਹਾਂ। ਕਿਉਂਕਿ ਇਹ ਟ੍ਰੀ ਇਹ ਨਹੀਂ ਕਿ ਆਪਾਂ ਐਤਕੀ ਹੁਣ ਲਗਾ ਤਿਆ ਅਤੇ 6 ਮਹੀਨੇ ਨੂੰ ਆਪਾਂ ਖਤਮ ਕਰ ਦੇਣਾ, ਇਹ ਤਾਂ ਲੌਂਗ ਟਰਮ ਹੈ। ਜਿੰਨੀ ਦਾ ਤੁਹਾਡੀ ਕੋਠੀ ਹੈ, ਜਿੰਨੀ ਦਾ ਤੁਹਾਡੀ ਬਿਲਡਿੰਗ ਹੈਗੀ, ਚਲਦੇ ਰਹਿੰਦੇ ਨੇ।
ਅਤੇ ਇਸ ਕਰਕੇ ਇਹਦੀ ਜਿਹੜੀ ਪਲੈਨਿੰਗ ਹੈਗੀ ਉਹ ਬਹੁਤ ਇੰਪੋਰਟੈਂਟ, ਟੈਕਨੀਕਲ ਪਲੈਨਿੰਗ ਹੋਣੀ ਚਾਹੀਦੀ, ਉਹ ਅਸੀਂ ਕਰ ਰਹੇ ਹਾਂ। ਦੂਜਾ ਅਸੀਂ ਇਹ ਵੀ ਕਰਾਂਗੇ ਕਿ ਬੱਚਿਆਂ ਨੂੰ ਕਹਾਂਗੇ ਕਿ ਉਹਦੇ ਉੱਤੇ ਕਿਊ ਆਰ ਕੋਡਿੰਗ ਲਗਾਉਣ। ਕਿਊ ਆਰ ਕੋਡਿੰਗ ਅੱਜ ਕੱਲ੍ਹ ਸਾਰੇ ਆਪਾਂ ਦੇਖਦੇ ਹਾਂ ਬਹੁਤ ਯੂਜ਼ ਹੋ ਰਹੀ ਹੈਗੀ, ਅਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਟ੍ਰੀ ਜਿਹੜਾ ਬੱਚਾ ਪਾਲ ਰਿਹਾ ਉਹਦੇ ਉੱਤੇ ਉਹ ਜਦੋਂ ਥੋੜ੍ਹਾ ਜਿਹਾ ਵੱਡਾ ਹੋ ਜਾਵੇ ਉਹ 'ਤੇ ਕਿਊ ਆਰ ਕੋਡ ਲਗਾ ਦਈਏ, ਜਿਹਦੇ ਇਨਫੋਰਮੇਸ਼ਨ ਹੋਵੇ ਕਿ ਉਹ ਟ੍ਰੀ ਦਾ ਨਾਂ ਕੀ ਹੈਗਾ, ਅਤੇ ਉਹਦਾ ਕੋਮਨ ਨਾਂ ਕੀ ਹੈ, ਉਹਦਾ ਟੈਕਨੀਕਲ ਨਾਂ ਕੀ ਹੈ, ਉਹ ਕਦੋਂ ਲਗਾਇਆ ਸੀ, ਕਿਸ ਨੇ ਲਗਾਇਆ ਸੀ, ਅਤੇ ਉਹਦੀ ਇਕਨੋਮਿਕ ਇੰਪੋਰਟੈਂਸ ਕੀ ਹੈਗੀ ਹੈ, ਅਤੇ ਉਹ ਇਨਫੋਰਮੇਸ਼ਨ ਸਾਰੀ ਉਹਦੇ 'ਚ ਆ ਜੂਗੀ। ਬੱਚਿਆਂ ਦੀ ਇੱਕ ਟ੍ਰੇਨਿੰਗ ਵੀ ਹੋ ਜੂਗੀ ਕਿਊ ਆਰ ਕੋਡਿੰਗ ਕਿਵੇਂ ਕਰਨੀ ਹੈ, ਸੋ ਉਹ ਸਾਡਾ ਹੈਗਾ। ਅਤੇ ਇਹ ਸਾਰਾ ਕੁਛ ਮਿਲਾ ਕੇ ਅਸੀਂ ਚਾਹੁੰਦੇ ਹਾਂ ਕਿ ਓਵਰਆਲ ਜਿੰਨਾ ਹੈ ਜਿੰਨਾ ਕਲੀਨ ਗ੍ਰੀਨ ਇਨਵਾਇਰਮੈਂਟ ਹੋ ਜਾਵੇ, ਅਤੇ ਉਹ ਸਾਨੂੰ ਆਉਣ ਵਾਲਾ ਜੋ ਸਾਡਾ ਕਲਾਈਮੇਟ ਚੇਂਜ ਹੋ ਰਿਹਾ, ਕਿਉਂਕਿ ਦੇਖੋ ਇਨਵਾਇਰਮੈਂਟ ਵੀ ਸਾਡਾ ਬਹੁਤ ਧੂੰਆਂ ਹੋ ਰਿਹਾ, ਬਹੁਤ ਸਾਰੇ ਵਹੀਕਲ ਆ ਗਏ ਜਿਹਦੇ ਕਰਕੇ ਜਿਹੜੀ ਕਲਾਈਮੇਟ ਆਪਾਂ ਕਹਿੰਦੇ ਹਾਂ ਜਾਂ ਇਨਵਾਇਰਮੈਂਟ ਡਿਗਰੇਡੇਸ਼ਨ ਹੋ ਰਹੀ ਹੈ, ਉਹਨੂੰ ਅਸੀਂ ਪ੍ਰੋਟੈਕਟ ਕਰਨਾ। ਸੋ ਪ੍ਰੋਟੈਕਟ ਕਰਨ ਦਾ ਇੱਕ ਬਹੁਤ ਵੱਡਾ ਇਹੀ ਇੱਕ ਹੈਗਾ ਤਰੀਕਾ ਕਿ ਅਸੀਂ ਵੈਜੀਟੇਸ਼ਨ ਵਧਾਈਏ, ਅਤੇ ਇਹਦੇ ਨਾਲ ਆਕਸੀਜਨ ਵੀ ਬਹੁਤ ਜਨਰੇਟ ਹੋਊਗੀ, ਅਤੇ ਜਿਹਦੇ ਨਾਲ ਬਿਊਟੀਫਿਕੇਸ਼ਨ ਵੀ ਹੋਊਗੀ, ਅਤੇ ਇਹ ਸਾਡਾ ਮੁੱਖ ਇਹਦਾ ਉਦੇਸ਼ ਹੈ। ਸੋ ਦੋਸਤੋ, ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ, ਧੰਨਵਾਦ, ਉਹ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ।